ਮੈਦਾਨ ਵਾਲੇ ਜਿਨ੍ਹਾਂ ਉੱਤੇ ਦਰੂਦ ਹੈ। ਇਹਨਾਂ ਦੇ ਕਤਲਾਂ ਦੀ ਬਹਿਸ ਤੋਂ ਪਹਿਲੇ ਵੀ ਇਹ ਸੋਚ ਲੈਣਾ ਚਾਹੀਦਾ ਹੈ, ਇਹ ਉਹਨਾਂ ਦੀ ਔਲਾਦ ਨੇ ਜਿਨ੍ਹਾਂ ਉੱਤੇ ਦਰੂਦ। ਇਸ ਵੇਲੇ ਜਿਹੜੇ ਸਦਾ ਅਤੇ ਉਜ਼ਾਮ ਨੇ, ਕਿਉਂਕਿ ਸਈਦਾਂ ਦਾ ਦਰਬਾਰ ਹੈ, ਸਈਦਾਂ ਦੀ ਹਾਜ਼ਰੀ, ਇਹ ਸਈਦਾਂ ਸਿਰਫ ਮਜਲਿਸ ਹੀ ਕਰਾਉਣ ਦੀ ਤਕਲੀਫ ਨਹੀਂ, ਇਹ ਕਵਾਲੀ ਵੀ ਕਰਾਉਣ 'ਤੇ ਤਕਲੀਫ ਹੋ ਜਾਂਦੀ। ਇਹਦਾ ਮਤਲਬ ਹੈ ਗੱਲ ਕਵਾਲੀ ਦੀ ਨਹੀਂ ਅਤੇ ਗੱਲ ਮਜਲਿਸ ਦੀ ਵੀ ਨਹੀਂ, ਗੱਲ ਮਾਤਮ ਦੀ ਵੀ ਨਹੀਂ। ਜੇ ਮਾਤਮ ਦੀ ਗੱਲ ਹੁੰਦੀ ਤਾਂ ਅਮਜਦ ਸਾਬਰੀ ਮਾਤਮ ਤਾਂ ਨਹੀਂ ਸੀ ਕਰਦਾ, ਨਾ ਉਹ ਮਾਤਮੀ ਸੀ, ਨਾ ਉਹ ਨੋਹਾ ਖਾਨ ਸੀ, ਨਾ ਉਹ ਮਤਲਬ ਕੋਈ ਗੱਲ ਨਹੀਂ ਸੀ। ਅਹਿਲੇ ਸੁਨਤ ਘਰਾਣੇ ਦਾ ਉਹ ਬੰਦਾ ਸੀ, ਤੁਹਾਨੂੰ ਪਤਾ ਜਿਹੜੇ ਸਾਬਰੀ ਬਰਾਦਰਾਨ ਜਿਹੜੇ ਦੇ ਵਾਲਦੈਨ ਇਹ ਕਵਾਲ ਸਨ, ਅਤੇ ਉਹਨਾਂ ਨੇ ਵੀ ਕਵਾਲੀ ਕੀਤੀ, ਇਹਨੇ ਵੀ ਕੀਤੀ। ਪਤਾ ਨਹੀਂ ਉਹਨੂੰ ਕਤਲ ਕਰਨ ਤੋਂ ਬਾਅਦ ਮੈਂ ਨੈੱਟ 'ਤੇ ਪੜ੍ਹਿਆ ਇੱਕ ਜਗ੍ਹਾ ਕਿਸੇ ਤਸਵੀਰ ਉਹਦੀ ਦੇ ਕੇ ਅਤੇ ਥੱਲੇ ਲਿਖਿਆ ਸੀ ਵੀ ਇੱਕ ਔਰ ਗੁਸਤਾਖ ਸਹਾਬਾ ਵਾਸਲੇ ਜਹਾਨਮ। ਸਹਾਬਾ ਦੀ ਗੁਸਤਾਖੀ ਸਾਬਤ ਨਹੀਂ ਕਰ ਸਕਿਆ ਬੰਦਾ ਵੀ ਉਹਨੇ ਜ਼ਿੰਦਗੀ 'ਚ ਕੀਤੀ ਹੋਈ, ਇਹਨੇ ਨਾ ਕਿਸੇ ਤਕਰੀਰ 'ਚ, ਨਾ ਕਿਸੇ ਮਨਕਬਤੇ 'ਚ। ਮਨਕਬਤੇ 'ਚ ਕਿਸੇ ਦੀ ਕਿਉਂ ਕਿਸੇ ਦੀ ਕਦਾ ਬਿਆਨ ਕਰਨੀ, ਤੌਸੀਫ ਅਹਿਲੇ ਬੈਤ ਦੀ ਉਹ ਕਰਦਾ ਸੀ, ਮਦਾ ਅਹਿਲੇ ਬੈਤ ਹੈ ਸੀ, ਯਾਨੀ ਉਹ ਆਪਣੀਆਂ ਨਾਤਾਂ ਚਾਹੁੰਦਾ ਸੀ ਹਸਨੈਨ ਕਾ ਸਦਕਾ। ਅੱਛਾ, ਅਹਿਲੇ ਬੈਤ ਦੀ ਉਹ ਤਾਰੀਫ ਕਰਦਾ ਸੀ, ਇਹ ਮੈਂ ਕਿਧਰੇ ਉਹਦੇ ਚੰਦ ਮਨਕਬਤਾ ਸੁਣੀਆਂ ਨੇ, ਅਹਿਲੇ ਬੈਤ ਦੀ ਤਾਰੀਫ ਕਰ। ਉਹਨੂੰ ਗੁਸਤਾਖ ਸਹਾਬਾ ਜਦੋਂ ਲਿਖਿਆ ਗਿਆ ਤਾਂ ਮੈਂ ਬੜਾ ਸੋਚਿਆ, ਮੈਂ ਬੁਤਾਲੇ ਵੀ ਸ਼ਾਇਦ ਅਰਜ਼ ਕੀਤੀ ਸੀ ਕਿ ਸਾਡੇ ਮੁਲਕ ਦਾ ਮਾਹੌਲ ਇਹ ਬਣ ਗਿਆ ਕਿ ਇੱਥੇ ਜ਼ਰੂਰੀ ਨਹੀਂ ਕੋਈ ਸਹਾਬਾ ਦੀ ਗੁਸਤਾਖੀ ਕਰੇ ਅਤੇ ਉਸ ਸੁਹਾਬਾ ਦਾ ਗੁਸਤਾਖ ਏ, ਸਹਾਬਾ ਦੀ ਗੁਸਤਾਖੀ ਕਰਕੇ ਬੰਦਾ ਇੱਥੇ ਗੁਸਤਾਖ ਸਹਾਬਾ ਨਹੀਂ ਬਣਦਾ। ਇੱਥੇ ਅਹਿਲੇ ਬੈਤ ਦੀ ਤਾਰੀਫ ਕਰਨ ਵਾਲਾ ਵੀ ਗੁਸਤਾਖ ਸਹਾਬਾ ਸਾਬਤ ਹੋ, ਯਾਨੀ ਇੱਥੇ ਇਹ ਜ਼ਰੂਰੀ ਨਹੀਂ ਕਿ ਕੋਈ ਸਹਾਬਾ ਦੀ ਗੁਸਤਾਖੀ ਹੀ ਕਰੇ, ਸਹਾਬਾ ਦੀ ਗੁਸਤਾਖੀ ਨਾ ਵੀ ਕੀਤੀ ਜਾਏ, ਸਿਰਫ ਅਹਿਲੇ ਬੈਤ ਦੀ ਤਾਰੀਫ ਕੀਤੀ ਜਾਏ ਅਤੇ ਲੋਕ ਆਂਦੇ ਨੇ ਗੁਸਤਾਖ ਸਹਾਬਾ ਹੈ। ਇੱਕ ਗੱਲ ਦਾ ਫਲਸਫਾ ਮੈਨੂੰ ਜਿਹਨੂੰ ਸਮਾਉਣਾ ਆਉਂਦਾ ਹੁਣ ਸਮਝਾ ਦੇ, ਨਹੀਂ ਤਾਂ ਫੋਨ 'ਤੇ ਸਮਝਾ ਦੇ, ਲਿਖ ਕੇ ਭੇਜ ਦੇਵੇ। ਇੱਕ ਗੱਲ ਸੋਚਣ ਵਾਲੀ ਹੈ, ਇਹ ਅਹਿਲੇ ਬੈਤ ਦੀ ਤਾਰੀਫ ਕੀਤਿਆਂ ਸਹਾਬਾ ਦੀ ਤੋਹੀਨ ਕਿਉਂ? ਕਮਾਲ ਹੈ ਯਾਰ, ਸਹਾਬਾ ਅਤੇ ਖਾਨਦਾਨ ਦੇ ਸਾਰੇ ਹਯਾ ਕਰਨ ਵਾਲੇ ਸਨ, ਸਹਾਬਾ ਅਤੇ ਖਾਨਦਾਨ ਦੀ ਤੋਕੀਰ ਕਰਨ ਵਾਲੇ ਸਨ, ਸਹਾਬਾ ਕਰਾਮ ਅਤੇ ਖਾਨਦਾਨ ਦੀ ਇੱਜ਼ਤ ਕਰਨ ਵਾਲੇ ਸਨ। ਬਲਕਿ ਸਿਹਾਬੀ ਹੁੰਦਾ ਹੀ ਉਹ ਜਿਹੜਾ ਖਾਨਦਾਨ ਦੀ ਇੱਜ਼ਤ ਕਰੇ, ਦੂਸਰਾ ਬੰਦਾ ਕਦੋਂ ਸਿਹਾਬੀ ਹੁੰਦਾ? ਦੂਸਰਾ ਜਿਹੜਾ ਅਹਿਲੇ ਬੈਤ ਦੇ ਖਿਲਾਫ ਹੈ, ਨਬੀ ਤੁਹਾਨੂੰ ਮੁਨਾਫਿਕ ਆਖੇ, ਨਬੀ ਉਹਨੂੰ ਮੁਨਾਫਿਕ ਆਖੇ। ਇਸ ਅਹਿਲੇ ਬੈਤ ਦੀ ਇੱਜ਼ਤ ਦੱਸੀ ਹੀ ਸਿਰਫ ਸਿਹਾਬਾ ਨੇ। ਅੱਜ ਲਓ ਜੀ, ਜਿੰਨੇ ਬੰਦੇ ਇਸ ਖਾਨਦਾਨ ਦੀ ਇੱਜ਼ਤ ਪੈ ਕਰ ਦੇਣ, ਉਹ ਸਾਰੇ ਦੇ ਸਾਰੇ ਸਿਪਾਹੀ ਸਹਾਬਾ ਨੇ। ਚਲੋ, ਸਿਪਾਹੀ ਸਹਾਬਾ ਕਿਹਨੂੰ ਹੁੰਦੇ ਨੇ? ਅਗੋ ਤੁਸੀਂ ਉਹਦੇ 'ਤੇ ਪੈ ਗਏ ਜਿਹੜੀ ਝੰਗ ਦਈਏ। ਮੈਂ ਪਿਆਨਾ ਵੀ ਹਰ ਉਹ ਬੰਦਾ ਸਿਹਾਬਾ ਦਾ ਸਿਪਾਹੀ ਹੈ ਜਿਹਨੇ ਸਿਹਾਬਾ ਕੋਲੋਂ ਇਸ ਖਾਨਦਾਨ ਦੀ ਅਜ਼ਮਤ ਸਿੱਖੀ ਹੈ। ਬਈ ਸਿਹਾਬਾ ਹੀ ਦੱਸਿਆ। ਅੱਛਾ, ਤੁਸੀਂ ਇਹ ਗੱਲ ਦੱਸੋ ਵੀ ਜਿਹੜਾ ਸੈਦ ਮੰਜੀ 'ਤੇ ਬੈਠਾ, ਜਿਹੜੇ ਦੋ ਚਾਰ ਥੱਲੇ ਬੈਠੇ ਹੁੰਦੇ, ਬਾਬੇ ਜੀ ਬੈਠੇ ਹੁੰਦੇ ਸਨ ਅਤੇ ਅਸੀਂ ਥੱਲੇ ਬੈਠੇ ਹੁੰਦੇ ਸਨ, ਬਾਵੇ ਨਹੀਂ ਸਨ ਦੱਸਦੇ ਕਿ ਮੇਰਾ ਅਦਬ ਕੀ ਹੈ? ਯਾਰ, ਬਾਵੇ ਨਹੀਂ ਦੱਸਦੇ ਸਨ ਮੇਰਾ ਅਦਬ ਕੀ? ਕਦੋਂ ਉਹਨਾਂ 'ਤੇ ਕਦੀ ਆ ਕਰੇ? ਉਹ ਤਾਂ ਰੋਟੀ ਲੈਣ ਦਿਨੋਂ ਆਪ ਟੁੱਟ ਜਾਂਦੇ ਸਨ, ਪਾਣੀ ਲੈਣ ਦਿਨੋਂ ਆਪ ਟੁੱਟ ਜਾਂਦੇ ਸਨ, ਉਹ ਤਾਂ ਕਾਤਲ ਵਾਸਤੇ ਵੀ ਆਪ ਲੈ ਕੇ ਆਏ ਸਨ। ਮੇਰਾ ਖਿਆਲ ਕਾਤਲ ਵਾਸਤੇ ਵੀ ਆਪ ਲੈ ਕੇ ਆਏ ਸਨ ਤਾਂ ਕਿ ਦੱਸਾਂ ਮੈਂ ਹੀ ਅਲੀ ਦੀ ਔਲਾਦ ਹਾਂ। ਮੇਰੇ ਅਸੀਂ ਦੋਸਤੋ, ਮੈਂ ਸਮਝਦਾ ਹਰ ਗੱਲ 'ਚ ਕੋਈ ਨਾ ਕੋਈ ਹਿਕਮਤ ਹੁੰਦੀ। ਇਹ ਬਾਬੇ ਨਹੀਂ ਸਨ ਦੱਸਦੇ ਕਿ ਮੈਂ ਕਿੱਡਾ ਯਾਨੀ ਅਦਬ ਵਾਲਾ ਜਾਂ ਮੇਰਾ ਕਿੰਨਾ ਅਦਬ ਕਰਨਾ, ਉਹ ਅਸੀਂ ਦੱਸਦੇ ਹਾਂ ਥੱਲੇ ਬੈਠਾਂ। ਅੱਛਾ, ਮੈਨੂੰ ਵੀ ਨਹੀਂ ਦੱਸਿਆ ਇੱਥੋਂ ਦੇ ਆ ਬੰਦਿਆਂ। ਅੱਛਾ, ਜੀ ਬੈਠੇ ਨੇ, ਆਹ ਬੈਠੇ ਹੁੰਦੇ ਸਨ ਨਾ ਦੋਸਤ, ਇਹ ਇੰਝ ਬਹਿੰਦੇ ਉੱਠਦੇ ਸਨ, ਮੈਨੂੰ ਸਾਫ ਲੱਗਦਾ ਸੀ ਇੱਥੇ ਇੰਝ ਬਹੀਦਾ, ਇੱਥੇ ਇੰਝ ਉੱਠੀਦਾ। ਅੱਜ ਮੈਂ ਬਾਬੇ ਬਰਕਤ ਅਲੀ ਸ਼ਾਹ ਦਾ ਅਦਬ ਉੱਗੋ ਭਿੰਡਰ ਵਾਲਿਆਂ ਦੱਸਿਆ ਨਾ, ਇਵੇਂ ਅਲੀ ਦਾ ਅਦਬ ਸਿਹਾਬਾ ਦੱਸਿਆ, ਇਵੇਂ ਮੁਸਤਫਾ ਦਾ ਅਦਬ ਸਿਹਾਬਾ ਦੱਸਿਆ। ਮੇਰੇ ਅਜ਼ੀਜ਼ੋ, ਸਿਹਾਬਾ ਕਰਾਮ ਕੋਲੋਂ ਦੀ ਰੋਸ਼ਨੀ ਵਿੱਚ ਹੀ ਅਸਾਂ ਅਦਬ ਸਿੱਖਿਆ। ਸਾਨੂੰ ਕਦੋਂ ਪਤਾ ਸੀ ਵੀ ਦਾੜੀ ਨਾਲ ਵੀ ਬੋਕਰ ਫੇਰੀ ਜਾ ਸਕਦੀ? ਸਿਹਾਬਾ ਹੀ ਦੱਸਿਆ, ਮਿਹਰਬਾਨੀ ਜੀ। ਅੱਛਾ, ਬੰਦੇ ਦੇ ਕਤਲ ਦੀ ਕੋਈ ਵਜ੍ਹਾ ਜ਼ਰੂਰ ਹੁੰਦੀ, ਜਿਹੜੇ ਬੰਦੇ ਨੂੰ ਕਿਸੇ 'ਤੇ ਬਹੁਤ ਦੁੱਖ ਹੋਵੇ ਉਹਨੂੰ ਕਤਲ ਕਰਦੇ। ਹਜ਼ਰਤ ਅਲੀ ਅਸਲਮ ਨੂੰ ਸ਼ਹੀਦ ਕੀਤਾ ਗਿਆ, ਇਮਾਮ ਹੁਸੈਨ ਅਸਲਮ ਨੂੰ ਸ਼ਹੀਦ ਕੀਤਾ ਗਿਆ। ਰਸੂਲ ਪਾਕ ਦੇ ਮੁਤਲਕ ਤੁਹਾਨੂੰ ਪਤਾ, ਬੜਾ ਕੋਸ਼ਿਸ਼ ਕੀਤੀ ਗਈ ਕਤਲ ਕਰਨ ਦੀ, ਕੋਸ਼ਿਸ਼ ਕੀਤੀ ਗਈ ਨਬੀ ਦੇ ਕਤਲ ਵਾਸਤੇ। 12 ਬੰਦੇ ਪੂਰੀ ਰਾਤ ਜੋ ਖਲੋਤੇ ਰਹਿਣ, ਸ਼ਬੇ ਹਿਜਰਤ ਕਾਹਦੇ ਵਾਸਤੇ ਖਲੋਤੇ ਸਨ? ਸਰਕਾਰ ਨੂੰ ਕਤਲ ਕਰਨ ਵਾਸਤੇ। ਇਹਦਾ ਮਤਲਬ ਇਹ ਕਿ ਅੱਜ ਹੀ ਸੋਚਣਾ ਇਸ ਬੰਦੇ ਦਾ ਵੀ
حضرت علی کسے نو کی آکھیا سی، حضرت امام حسین کسے نو کی آکھیا سی، اج بندہ سوچدا تے کربلا کیوں بنی سی، تے ہن اس وہم چ بھی بندہ پے سکدا ہے کہ ہر کوئی تے گل ہوئی ہوے گی، جڑی گل ہوئی سی او میں دسن لگا، تے جس بندے حضرت علی دی شہادت تے سوچنا ہے، امام حسین دے قتل تے سوچنا ہے، شہادت تے سوچنا ہے، زہر دین تے حضرت موسیٰ کاظم علیہ السلام دے، او اکو گل دا جواب دے وے، درود محمد تے محمد دی آل تے آل محمد تو پہلے بندے ایک گل سوچ لین ایک واری کہ مصطفیٰ نے کسے نو کی آکھیا جی، مہربانی میں اہل بیت دی گل نہیں کر، آل محمد دی گل نہیں کر رہے، تواڈے علم وچ جس بندے آل محمد دی محبت نو لائٹ لیا ہے نا، وہ عشق رسول کر ہی نہیں سکتا، میں پھر کہہ رہا جیڑا اہل بیت دی محبت وچ مستغرق نہیں نہ ہویا وہ عاشق رسول ہو نہیں سکتا، جنی دیر تک تسی قبلہ آل محمد دی محبت نہ رکھو گے محبت رسول ہو نہیں سکتی، وہی تمہیں وجہ میں دس دینا، ہوں سارے سامنے شام دھماکے ہوئے نے اتنے بھی آل محمد ہے، بغداد دھماکے ہوئے نے اتنے بھی آل محمد ہے، کربلا دھماکے ہوئے نے اتنے کون نے آل محمد، نجف کو دھماکہ ہوا تو اتنے کون ہے آل محمد دے دھماکیاں نو لائٹ نہ لیا ہوں تو مدینے تے نہ ہوں، مہربانی جناب، شکریہ جی، سرکار دی آل دا کچھ ہائیا، جنہ ہن تکلیف ہوئی ہے مدینے والے دھماکے تے، پارکنگ وچ دھماکہ ہویا روز جناب سیدہ زینب دے مزار دے دوڑے دھماکے ہوندے نے، مزار نو بھی نقصان ہویا، اے نبی دی نواسی ہے، تیاں دی گل چھڈو، اے پتراں دی گل چھڈو، تیاں دے معاملے تے بہت محتاط ہونا چاہیدا، نواسی رسول ہوے یا نواسا رسول ہوے، اگر اتنے دھماکے ہو رہے ہیں اِنہ مسلمان ادھر رولا پاندے نا، تے میں خدا دی قسم بلا مبالغہ گل کر رہا دربار پاک تے کھڑا، درباراں تے جا کے سما ہو جاندیاں نے، میرے دوویں ہاتھ قرآن تے نے، اے اگر شام والی بی بی دی کوئی عزت ہے تے وجہ دا نام محمد مصطفیٰ ہے، کربلا والے کسے عزت مالک نے تے وجہ دا نام مصطفیٰ ہے، بغداد والے کسے عزت دے قابل نے تے وجہ دا نام مصطفیٰ ہے، اگر کوئی صحابی باعث عزت ہے تے یار وجہ وہ بھی سرکار محمد مصطفیٰ ہے، یہ مطلب ہے کہ انج نہیں کریدا، اولاد دا حیا کریے تو پتہ لگتا ہے اے پیو دا حیا کنا کرے گا، یہ دادے دا حیا کنا کرے گا، ہوں سمجھ آئی ہے کہ رسول خدا نے حضرت امام حسین نو ایتھے با کے تے نیڑے منہ کر کے تے منہ ایتھوں چم کے کیوں آکھیا سی، یا اللہ یہ ہے جس سے میں محبت کرتا، میرے محترم سامعین، اتنا عظیم خاندان شہید ہوا ہے، اتنا عظیم خاندان قتل ہوا ہے، میں اس شہید دے قتل تک آ جانا ہے، تھوڑا سا لے آنا ہے، لیکن تھی سوچو کہ حضرت رسول خدا کسی نے کی آخیا سا، سارا جان حیران ہے، بابے کسی آتے کوئی نہیں جی، یہ کسی کوئی نہیں آتے، جو آتے نے میں دسن لگا، میں تکلیف آخر کسی وجہ تو ہے نا، وہ میں قرآن پاک دی ایک آیت تھوڑے سامنے پڑھی ہے، میں انہوں پڑھنا دوبارہ، حضرت خدیجہ الکبریٰ نے ہانڈی رکھی سی تے ایک پاسے رسول پاک نماز پہ پڑھتے سن ویڑے میں، وہ ابو لہب دی بیوی وہ خاندان بنو امیہ نال تعلق سی، انہوں بڑی تکلیف سی اس خاندان دی، وہ بھی دسنا کیوں سی، اس اجری منگوائی سی ابو لہب نے کتوں لین دی گائے دی اونٹ دی اجری تو کوئی آندنا شاندنا وہ گند بانو لینا کر، وہ چک کے ہانڈی تے سٹ دیتی حضرت خدیجہ دی ہانڈی تے، تے رسول خدا تیری نماز پڑھتے سن، وہ سارا ویڑے دے وچ سارا کچھ پھیل گیا، تسی اندازہ لاؤ کہ ختمی مرتبت جدی ذات تے مرتبہ ہی مک جاندا، ختمی مرتبہ تو انہوں نے جدی ذات تے مرتبہ ہی مک جاندا، اس مصطفیٰ تے یعنی انی گستاخی تے ہانڈی رکھی ہے تے او دے وچ حضرت خدیجہ اندروں نکلے، میں نبی دیاں بیٹیاں دی گل تے بعد وچ کرنا نا، نبی دیاں نواسیاں دی، اے نبی دی اہلیت زوج ہے، حضرت خدیجہ دی موجودگی چ حضور نے دوسرا نکاح بھی نہیں کیتا تے نہ ضرورت محسوس کیتی، حضرت زہرا دی موجودگی حضرت علی نے بھی دوسرا نکاح نہیں کیتا نہ ضرورت محسوس کیتی، اے ماں بیٹی دی منزل ایسی ہے کہ اندروں حضرت خدیجہ نکلے نے، اینا کچھ ویڑے چ بی بی ویکھے نا، مرد دی گل نہیں یارا، مرداں دے گل ہور ہوندی ہے تے مستور دی گل ہور ہوندی ہے، یعنی سرکار دی وی اینی گستاخی اور ہانڈی وی ساری برباد ہوئی تے ویڑے چ آ کے جناب خدیجہ نے جڑا جملہ آکھیا وہ صرف ایک ہے، ابو لہب دی بیوی نو بی بی ویکھ کے فرماندی ہے کیا ہمسایوں کے ساتھ کوئی ایسا بھی کرتا ہے،